ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ। ਕਾਂਗਰਸੀ ਅਤੇ ਵਿਰੋਧੀ ਧਿਰਾਂ ਵੱਲੋਂ ਸੰਸਦ ਦਾ ਸਤਰ ਨਾ ਚੱਲਣ ਦੇਣ ਦੇ ਖਿਲਾਫ ਭਾਜਪਾ ਵੱਲੋਂ ਪੂਰੇ ਦੇਸ਼ ਵਿੱਚ ਇੱਕ ਦਿਨ ਦਾ ਅਨਸ਼ਨ ਕੀਤਾ ਜਾ ਰਿਹਾ। ਉੱਥੇ ਇਸੇ ਦੇ ਤਹਿਤ ਜ਼ਿਲ੍ਹਾ ਗੁਰਦਾਸਪੁਰ ਅਤੇ ਜ਼ਿਲ੍ਹਾ ਪਠਾਨਕੋਟ ਵੱਲੋਂ ਵੀ ਇੱਕ ਮੰਚ ਤੇ ਇਕੱਠੇ ਹੋ ਕੇ ਗੁਰਦਾਸਪੁਰ ਵਿੱਚ ਅਨਸ਼ਨ ਕੀਤਾ ਗਿਆ ਹੈ, ਜਿਸ ਵਿੱਚ ਇੱਕ ਦਿਨ ਦੀ ਭੁੱਖ ਹੜਤਾਲ ਵਿੱਚ ਭਾਜਪਾ ਦੇ ਆਲਾ ਨੇਤਾ ਸਵਰਨ ਸਲਾਰੀਆ, ਸਾਬਕਾ ਮੰਤਰੀ ਪੰਜਾਬ ਮਾਸਟਰ ਮੋਹਨ ਲਾਲ, ਸਾਬਕਾ ਵਿਧਾਇਕ ਅਸ਼ਵਨੀ ਕੁਮਾਰ ਦੇ ਨਾਲ ਵੱਡੀ ਗਿਣਤੀ ਵਿੱਚ ਭਾਜਪਾ ਕਾਰਜਕਰਤਾ ਪਹੁੰਚੇ। ਉੱਥੇ ਹੀ ਉਹਨਾਂ ਨੇ ਵੱਖ ਵੱਖ ਨੇਤਾਵਾਂ ਨੇ ਇਸ ਅਨਸ਼ਨ ਨੂੰ ਲੈ ਕੇ ਆਪਣੇ ਵਿਚਾਰ ਪੇਸ਼ ਕੀਤੇ। ਦੇਖੋ, ਹਿੰਦੁਸਤਾਨ ਦੇ ਸਭ ਤੋਂ ਲੋਕਪ੍ਰਿਯ ਪ੍ਰਧਾਨ ਮੰਤਰੀ ਮਾਨਯ ਨਰਿੰਦਰ ਮੋਦੀ ਜੀ ਨੂੰ ਅੱਜ ਪੂਰੇ ਆਪਣੇ ਸਾਥੀਆਂ ਨਾਲ ਹਰ ਲੋਕ ਸਭਾ ਵਿੱਚ ਉਪਵਾਸ 'ਤੇ ਕਿਉਂ ਬੈਠਣਾ ਪਿਆ ਉਹਦਾ ਸਭ ਤੋਂ ਵੱਡਾ ਕਾਰਨ ਹੈ ਕਿ ਕਾਂਗਰਸ ਨੇ ਲੋਕਤੰਤਰ ਦੀ ਹੱਤਿਆ ਕੀਤੀ ਹੈ। ਕਿਉਂਕਿ ਕਾਂਗਰਸ ਪਿਛਲੇ 4 ਸਾਲ ਹੋ ਗਏ ਸਦਨ ਨੂੰ ਨਹੀਂ ਚੱਲਣ ਦਿੰਦੀ, ਕੋਈ ਬਿੱਲ ਪਾਸ ਨਹੀਂ ਹੋਣ ਦਿੰਦੀ ਤਾਂ ਕਿ ਹਿੰਦੁਸਤਾਨੀ ਗਰੀਬਾਂ ਦਾ ਭਲਾ ਹੋਏ, ਕੋਈ ਨਈ ਯੋਜਨਾ ਹਨ। ਇਹਦਾ ਕਾਰਨ ਹੋਰ ਕੋਈ ਨਹੀਂ, ਸਿਰਫ ਕਾਂਗਰਸ ਦੀ ਫਰਸਟ੍ਰੇਸ਼ਨ ਹੈ ਕਿ ਪ੍ਰਧਾਨ ਮੰਤਰੀ ਮਾਨਯ ਨਰਿੰਦਰ ਮੋਦੀ ਜੀ ਇੰਨਾ ਚੰਗਾ ਕੰਮ ਕਰ ਰਹੇ ਨੇ ਕਿ ਕਿਸੇ ਤਰ੍ਹਾਂ ਇਹਨਾਂ ਨੂੰ ਪਿੱਛੇ ਖਿੱਚਿਆ ਜਾਏ। ਕਿਉਂਕਿ ਅੱਗੇ ਹਿੰਦੁਸਤਾਨ 'ਚ ਇੰਨੇ ਲੋਕਪ੍ਰਿਯ ਨੇ, ਪ੍ਰਿਆ ਨੇ, ਪੂਰੇ ਦੁਨੀਆ 'ਚ ਵੀ ਉਹਨਾਂ ਦਾ ਅੱਜ ਲੋਹਾ ਮੰਨਿਆ ਜਾਂਦਾ, ਇਹ ਕਾਂਗਰਸ ਤੋਂ ਡਾਈਜੈਸਟ ਨਹੀਂ ਹੋ ਰਿਹਾ। ਇਹਦੀ ਵਜ੍ਹਾ ਨਾਲ ਲੋਕਾਂ ਨੂੰ ਇਹ ਮੈਸੇਜ ਆਏ। ਪਿਛਲੇ ਪ੍ਰਧਾਨ ਮੰਤਰੀ ਨਰਿੰਦਰ ਭਾਈ ਮੋਦੀ ਜੀ ਔਰ ਅਮਿਤ ਸ਼ਾਹ ਜੀ ਦੇ ਆਹਵਾਨ ਦੇ ਉੱਤੇ ਪੂਰੇ ਹਿੰਦੁਸਤਾਨ 'ਚ ਭਾਰਤੀ ਜਨਤਾ ਪਾਰਟੀ ਦੇ MP MLA ਔਰ ਪਾਰਟੀ ਦੇ ਪ੍ਰਮੁੱਖ ਨੇਤਾ ਸਾਰੇ ਸਵੇਰੇ 11 ਵਜੇ ਤੋਂ ਲੈ ਕੇ 5 ਵਜੇ ਤੱਕ ਉਪਵਾਸ 'ਤੇ ਬੈਠੇ ਹੈ। ਔਰ ਇਹਦਾ ਸਭ ਤੋਂ ਵੱਡਾ ਕਾਰਨ ਇਹ ਹੈ ਕਿ 2014 'ਚ ਨਰਿੰਦਰ ਭਾਈ ਮੋਦੀ ਦੀ ਜਦੋਂ ਸਰਕਾਰ ਬਣੀ, ਕਾਂਗਰਸ ਨੂੰ ਇਸ ਦੇਸ਼ ਦੇ ਅੰਦਰ ਕੋਈ ਉਸ ਪਰਿਵਾਰ ਦੇ ਇਲਾਵਾ ਕੋਈ ਪਿਛੜੀ ਜਾਤੀ ਤੋਂ ਸੰਬੰਧਿਤ ਵਿਅਕਤੀ ਇਸ ਦੇਸ਼ ਦਾ ਪ੍ਰਧਾਨ ਮੰਤਰੀ ਬਣੇ, ਇਹ ਪਚਦਾ ਨਹੀਂ ਹੈ। ਔਰ ਪਿਛਲੇ ਦਿਨੀ ਲੋਕ ਸਭਾ ਦੇ ਅੰਦਰ ਜਿਸ ਪ੍ਰਕਾਰ ਲੋਕ ਸਭਾ ਨੂੰ ਬੰਧਕ ਬਣਾਇਆ ਗਿਆ ਔਰ ਲੋਕ ਸਭਾ ਦੀ ਕਾਰਵਾਈ ਨੂੰ ਚੱਲਣ ਨਹੀਂ ਦਿੱਤਾ ਗਿਆ, ਇਹ ਕਾਂਗਰਸ ਦੀ ਉਸੇ ਹੀ ਸੋਚ ਦਾ ਪ੍ਰਣਾਮ ਹੈ ਕਿ ਅੱਜ ਤੱਕ 2014 ਦੀ ਹਾਰ ਉਹ ਭੁੱਲੀ ਨਹੀਂ ਹੈਗੀ। ਫਿਰ ਲੋਕਤੰਤਰ ਦੇ ਅੰਦਰ ਕਾਂਗਰਸ ਦਾ ਅਸਲੀ ਚਿਹਰਾ ਲੋਕਾਂ ਦੀ ਅਦਾਲਤ 'ਚ ਸਾਹਮਣੇ ਆਏ। ਬਜਟ ਸਤਰ ਦੌਰਾਨ ਸੰਸਦ ਨਾ ਚੱਲਣ ਦੇਣ ਕਾਰਨ ਕਾਂਗਰਸ ਸਮੇਤ ਸਾਰੇ ਵਿਰੋਧੀ ਧਿਰ ਦੇ ਖਿਲਾਫ਼ ਪੂਰੇ ਦੇਸ਼ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਨਾਲ ਭਾਜਪਾ ਦੇ ਸੰਸਦ ਆਪਣੇ ਇਲਾਕੇ ਵਿੱਚ ਭੁੱਖ ਹੜਤਾਲ 'ਤੇ ਬੈਠ ਗਏ ਨੇ। ਇਸੇ ਕੜੀ ਤਹਿਤ ਮਹਾਤਮਾ ਗਾਂਧੀ ਚੌਂਕ ਨੇੜੇ ਪੁਰਾਣੀ ਕਚਹਿਰੀ ਕਰਨਾਲ ਵਿੱਚ ਸੰਸਦ ਅਸ਼ਵਨੀ ਚੋਪੜਾ ਨਾਲ ਸਾਰੇ ਕਾਰਜਕਰਤਾ ਇਕੱਠੇ ਹੋ ਕੇ ਭੁੱਖ ਹੜਤਾਲ 'ਤੇ ਬੈਠ ਚੁੱਕੇ ਨੇ। ਉੱਥੇ ਇਸ ਸੰਸਦ ਅਸ਼ਵਨੀ ਚੋਪੜਾ ਨੇ ਕਾਂਗਰਸ ਦੇ ਤਿੱਖੇ ਸ਼ਬਦੀ ਹਮਲੇ ਵੀ ਕੀਤੇ ਕਿ ਪਿਛਲੇ 23 ਦਿਨ ਸੇ ਜਿਸ ਤਰ੍ਹਾਂ ਸੇ ਵਿਪਕਸ਼ ਨੇ, ਖਾਸ ਤੌਰ 'ਤੇ ਕਾਂਗਰਸ ਪਾਰਟੀ ਨੇ ਔਰ ਉਨਕੇ ਜੋ ਛੋਟੇ ਛੋਟੇ ਦਲ ਵੀ ਥੇ, ਉਹਨੇ ਇਤਨਾ ਉਤਪਾਦ ਮਚਾਇਆ ਪੂਰੇ ਲੋਕ ਸਭਾ ਮੇਂ ਔਰ ਫਿਰ ਰਾਜ ਸਭਾ ਮੇਂ ਵੀ ਕਿ ਹਮ 23 ਦਿਨ ਏਕ ਵੀ ਹਮਾਰਾ ਕਾਰਜ ਜੋ ਥਾ, ਏਕ ਵੀ ਬਿੱਲ ਹਮ ਪਾਸ ਨਹੀਂ ਕਰ ਸਕੇ, ਏਕ ਵੀ ਬਿੱਲ ਹਮਾਰਾ ਪਾਸ ਨਹੀਂ ਹੁਆ। ਔਰ ਜੋ ਹਮਾਰਾ ਮੈਨੇ ਅਭੀ ਬਤਾਇਆ ਜੈਸੇ ਆਪਕੋ ਕਿ ਹਮਾਰਾ ਜੋ ਫਾਈਨਾਂਸ ਬਿੱਲ ਥਾ ਬਜਟ ਕਾ, ਜੋ ਕਿ ਸਬਸੇ ਮਹੱਤਵਪੂਰਨ ਬਿੱਲ ਹੋਤਾ ਹੈ, ਪੂਰੇ ਜਿਤਨੇ ਵੀ ਬਿੱਲ ਆਤੇ ਉਹਨੇ ਸਬਸੇ ਮਹੱਤਵਪੂਰਨ ਬਿੱਲ ਥਾ ਵੋ, ਉਸਕੋ ਵੀ ਸ਼ੋਰ ਸ਼ਰਾਬੇ ਮੇਂ ਬੜੀ ਮੁਸ਼ਕਿਲ ਸੇ ਉਸਕੋ ਪਾਸ ਕਰਾਇਆ ਗਿਆ। ਤੋ ਅਗਰ ਇਸ ਤਰ੍ਹਾਂ ਸੇ ਇਹ ਚਲੇਗਾ ਤੋ ਇਹ ਲੋਕਤੰਤਰ ਹਮਾਰਾ ਜੋ ਹੈ ਇਸਕੇ ਵਿਰੁੱਧ, ਇਹ ਆਪੋਜੀਸ਼ਨ ਔਰ ਕਾਂਗਰਸ ਕੇ ਕੋ ਖਾਸ ਤੌਰ ਪੇ ਜਿਸ ਤਰ੍ਹਾਂ ਸੇ ਕਾਮ ਕਰ ਰਹੇ ਹੈ, ਤੋ ਮੁਝੇ ਲਗਤਾ ਹੈ ਕਿ ਇਹ ਤੋ ਇਸ ਤਰ੍ਹਾਂ ਸੇ ਲੋਕਤੰਤਰ ਕੈਸੇ ਚਲੇਗਾ। ਜਦੋਂ ਸ਼ਹਿਰ ਦੀ ਸੁਰੱਖਿਆ ਕਰਨ ਵਾਲਿਆਂ 'ਤੇ ਹੀ ਜਾਨਲੇਵਾ ਹਮਲਾ ਹੋ ਜਾਵੇ ਤਾਂ ਇੱਕ ਆਮ ਇਨਸਾਨ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਕੌਣ ਲਵੇਗਾ? ਖਬਰ ਆ ਰਹੀ ਹੈ ਜ਼ਿਲ੍ਹਾ ਪਠਾਨਕੋਟ ਦੇ ਪਿੰਡ ਧੀਰਾ ਤੋਂ, ਜਿੱਥੇ ਉਸ ਵੇਲੇ ਮਾਹੌਲ ਕਾਫੀ ਗੰਭੀਰ ਹੋ ਗਿਆ ਜਦੋਂ ਡਿਊਟੀ ਤੋਂ ਘਰ ਆ ਰਹੇ ਇੱਕ ਪੁਲਿਸ ਕਰਮੀ 'ਤੇ ਕੁਝ ਅਣਪਛਾਤੇ ਲੋਕਾਂ ਨੇ ਹਮਲਾ ਕਰ ਦਿੱਤਾ। ਹਮਲੇ ਵਿੱਚ ਕਰਮੀ ਪੂਰੀ ਤਰ੍ਹਾਂ ਜ਼ਖਮੀ ਹੋ ਗਿਆ। ਦਰਅਸਲ ਇਹ ਸਾਰੀ ਘਟਨਾ ਜਾਮ ਵਿੱਚ ਫਸੀ ਗੱਡੀ ਨੂੰ ਸਾਈਡ ਕਰਵਾਉਣ ਲਈ ਹੋਈ। ਵਿਵਾਦ ਇੰਨਾ ਵੱਧ ਗਿਆ ਕਿ ਗੱਡੀ ਦੇ ਮਾਲਕ ਨੇ ਆਪਣੇ ਸਾਥੀਆਂ ਸਮੇਤ ਹੋਮਗਾਰਡ ਉੱਤੇ ਹਮਲਾ ਕਰ ਦਿੱਤਾ, ਜਿਸ ਦੇ ਚੱਲਦਿਆਂ ਪੁਲਿਸ ਕਰਮੀ ਨੂੰ ਸਿਵਲ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ਮੈਂ ਡਿਊਟੀ ਕਰਕੇ ਘਰ ਜਾਂਦਾ ਪਿਆ, ਜਦੋਂ ਮੈਂ ਧੀਰੀ ਅੱਡੇ 'ਤੇ ਪਹੁੰਚਿਆ ਥੋੜ੍ਹਾ ਦਾ ਥੋੜ੍ਹਾ ਅੱਗੇ ਗਿਆ ਮੈਂ, ਅਤੇ ਮੈਨੂੰ ਅੱਗੇ ਜਾਮ ਲੱਗਾ ਸੀ, ਇੱਕ ਪਾਸੇ ਆਰਮੀ ਗੱਡੀ, ਦੂਜੇ ਪਾਸੇ ਕਾਰ ਸੀ, ਅਤੇ ਮੈਂ ਥੋੜ੍ਹਾ ਨਾ ਆਦਮੀ ਜਿਹਾ ਲੈ ਕੇ ਥੋੜ੍ਹਾ ਥੋੜ੍ਹਾ ਅੱਗਾਂ ਗਿਆ ਮੈਂ ਗੱਡੀ ਲੱਗਿਆ, ਯਾਰ ਗੱਪਾਂ ਮਾਰੀ ਜਾਂਦੇ ਪਿਓ ਅਤੇ ਤੁਸੀਂ ਥੋੜ੍ਹਾ ਸਾਈਡ ਤੋਂ
ਮੈਂ ਮੈਨੂੰ ਗਾਲ ਕੱਢਦੀ ਹੈ। ਮੈਂ ਤੂੰ ਮਾੜਾ ਮੋਟਾ ਉਮਰ ਦਾ ਤਕਾਜਾ ਲਾਉਣਾ ਤੇਰੇ ਪਿਓ ਦੀ ਉਮਰ ਦਾ, ਮੈਂ ਤੂੰ ਗਾਲ ਕੱਢਦਾ ਚੰਗਾ ਲੱਗਦਾ ਕਿ ਮੈਨੂੰ ਕਹਿੰਦਾ ਭੈਣ ਚੋਦਾ ਤੂੰ ਮੈਨੂੰ ਜਾਣਦਾ ਕਿ ਮੈਂ ਬਦਮਾਸ਼ ਹੈ ਤੁਹਾਨੂੰ ਅੰਦਰੋਂ। ਮੈਂ ਵੀ ਅੱਗੋਂ ਗਾਲ ਕੱਢਦੀ, ਫਿਰ ਮੈਂ ਤਾਂ ਝੂਠ ਮਾਰਦਾ ਮੈਂ ਗਾਲ ਨਹੀਂ ਕੱਢੀ, ਮੈਂ ਵੀ ਗਾਲ ਕੱਢੀ ਤੀ। ਜੇ ਰਹਿੰਦੇ ਗਾਲ ਕੱਢੀ ਫਿਰ ਮੈਂ ਵੀ ਅੱਗੋਂ ਗਾਲ ਕੱਢੀ ਹੈ, ਇਹਨਾਂ ਡਾਂਗ ਲਿਆ ਕੇ ਮੇਰਾ ਡਾਂਗ ਮਾਰਤੀ ਮੁੰਡੇ ਦੇ। ਉਸ ਤੋਂ ਬਾਅਦ ਪਤਾ ਨਹੀਂ ਲੱਗਾ ਵੀ ਗੱਡੀ ਲਿਆ ਕੇ ਭੱਜ ਗਿਆ ਬਾਅਦ ਚੀਜ਼ ਦੇ ਰਿਸ਼ਤੇਦਾਰ ਮੁੰਡੇ ਪਤਾ ਨਹੀਂ ਕਿਹੜੇ ਕਿਹੜੇ ਆਏ ਨੇ ਅਤੇ ਉਹ ਆ ਕੇ ਮੈਨੂੰ ਮੇਰੇ ਨਾਲ ਆਪਣਾ ਬੋਲ ਤਾਂ ਮੰਨ। ਅੰਮ੍ਰਿਤਸਰ ਹਲਕਾ ਰਾਜਾ ਸਾਂਸੀ ਪਿੰਡ ਕਲੇਰ ਗੁਰਦੁਆਰਾ ਕਲਗੀਧਰ ਨਵੀਂ ਬਣਾਈ ਕਮੇਟੀ ਨੂੰ ਪਿੰਡ ਵਾਸੀਆਂ ਵੱਲੋਂ ਨਾ ਪ੍ਰਵਾਨ ਕਰਦਿਆਂ ਮਾਮੂਲੀ ਤਕਰਾਰ ਹੋਣ ਦੀ ਖਬਰ ਮਿਲਣ ਤੋਂ ਬਾਅਦ ਪਿੰਡ ਦੇ ਮੈਂਬਰ ਪੰਚਾਇਤ ਦਰਸ਼ਨ ਸਿੰਘ ਵੱਲੋਂ ਪਿੰਡ ਦੇ ਗੁਰਦੁਆਰੇ ਦੀ ਕਮੇਟੀ ਨੂੰ ਰੱਦ ਕਰਕੇ ਮੁੜ ਨਵੀਂ ਕਮੇਟੀ ਬਣਾਉਣ ਦੇ ਸੰਬੰਧ ਵਿੱਚ ਅੰਮ੍ਰਿਤਸਰ ਡਿਪਟੀ ਕਮਿਸ਼ਨਰ ਨੂੰ ਇੱਕ ਮੰਗ ਪੱਤਰ ਦਿੱਤਾ ਗਿਆ। ਇਸ ਤੋਂ ਬਾਅਦ ਪ੍ਰੈਸ ਵਾਰਤਾ ਦੌਰਾਨ ਮੈਂਬਰ ਪੰਚਾਇਤ ਦਰਸ਼ਨ ਸਿੰਘ ਨੇ ਤਿੱਖੇ ਸ਼ਬਦਾਂ ਵਿੱਚ ਕਿਹਾ ਕਿ ਜੇਕਰ ਸਾਡੇ ਇਸ ਮੰਗ ਪੱਤਰ ਉੱਤੇ ਛੇਤੀ ਹੀ ਕੋਈ ਵਿਚਾਰ ਨਾ ਕੀਤਾ ਗਿਆ ਤਾਂ ਛੇਤੀ ਹੀ ਧਰਨੇ ਪ੍ਰਦਰਸ਼ਨ ਜਾਰੀ ਕਰ ਦਿੱਤੇ ਜਾਣਗੇ। ਮੇਰਾ ਨਾਮ ਦਰਸ਼ਨ ਸਿੰਘ ਜੀ, ਪਿੰਡ ਕਲੇਰ, ਮੈਂਬਰ ਪੰਚਾਇਤ। ਹਾਂਜੀ, ਸਾਡਾ ਪਿੰਡ ਦੀ ਕਮੇਟੀ ਜਿਹੜੀ ਆ ਗਲਤ ਬਣੀ ਆ ਗੁਰਦੁਆਰਾ ਸਾਹਿਬ ਦੀ। ਅਸੀਂ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਤੋਂ ਮੰਗ ਕਰਨ ਆਏ ਹਾਂ ਜੀ, ਮੰਗ ਪੱਤਰ ਦੇਣ। ਅਸੀਂ ਉਹਨਾਂ ਨੂੰ ਮੰਗ ਪੱਤਰ ਕਰਨਾ ਹੈ ਵੀ ਸਾਡੀ ਜਿਹੜੀ ਆ ਕਮੇਟੀ ਆ ਤੋੜ ਕੇ ਅਤੇ ਨਵੀਂ ਬਣਾ ਕੇ ਦਿੱਤੀ ਜਾ ਰਹੀ। ਕਮੇਟੀ ਗਲਤ, ਸਾਡੇ ਜੋ ਵੀ ਕਮੇਟੀ ਦੇ ਮੈਂਬਰ ਬਣੇ ਆ ਇਹ ਸਾਡੇ ਸਹੀ ਨਹੀਂ ਆ ਜੀ, ਇਹਨਾਂ ਨੂੰ ਅਸੀਂ ਦੁਬਾਰਾ ਬਣਾ ਦੇਣੇ। ਇਹ ਗੁਰਮੁਖ ਸਿੰਘ ਹੈ ਜੀ, ਔਰ ਦਵਿੰਦਰ ਸਿੰਘ, ਅਤੇ ਆਪਣਾ ਬਾਬਾ ਸੁੱਖਾ ਜੀ, ਅਤੇ ਮਹਤਾਬ ਸਿੰਘ, ਜਸਵੰਤ ਸਿੰਘ, ਸੁਰਿੰਦਰ ਸਿੰਘ, ਅਤੇ ਆਪਣਾ ਮਹਿੰਦਰ ਸਿੰਘ, ਕੁਲਦੀਪ ਸਿੰਘ। ਬਿਨਾਂ ਸਹਿਮਤੀ ਤੋਂ ਕਮੇਟੀ ਪਿੰਡ ਵਾਸੀਆਂ ਦੀ ਸਹਿਮਤੀ ਨਾਲ ਨਹੀਂ ਬਣੀ, ਉਹਨਾਂ ਤੋਂ ਬਗੈਰ ਬਣੀ, ਆਪਣੇ ਆਪ ਬਣਾਈ। ਕੋਈ ਪਿੰਡ ਦੇ ਵਿੱਚ ਚਾਰ ਵੰਦਰ ਨਹੀਂ ਕੀਤਾ ਗਿਆ, ਅਤੇ ਇਹਨਾਂ ਨੇ ਨਾ ਕੋਈ ਲੋਸਮੈਂਟ ਪਿੰਡ ਵਿੱਚ ਕਰਾਈ, ਨਾ ਕਿ ਇਹਨੂੰ ਦੱਸਿਆ ਗਿਆ, ਕਿਤੇ ਵੀ ਗੱਲ ਨਹੀਂ, ਚੋਰ ਮੋਰੀ ਤਾਂ ਨਹੀਂ ਬਣਾਈ ਗਈ ਹੈ। ਨਾਨਕ ਸ਼ਾਹ ਫਕੀਰ ਫਿਲਮ ਦੀ ਰਿਲੀਜ਼ ਨੂੰ ਲੈ ਕੇ ਜਿੱਥੇ ਸਿੱਖ ਜਥੇਬੰਦੀਆਂ ਵੱਲੋਂ ਵਿਰੋਧ ਦਿਨ ਪਰ ਦਿਨ ਭਖਦਾ ਹੀ ਜਾ ਰਿਹਾ, ਉੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਦਾਖਿਲ ਰਿਵਿਊ ਪਟੀਸ਼ਨ ਤੇ ਵੀ ਸੁਪਰੀਮ ਕੋਰਟ ਵੱਲੋਂ ਫੈਸਲੇ ਤੇ ਕੋਈ ਬਦਲਾਅ ਨਹੀਂ ਕੀਤੇ ਜਾਣ ਦੇ ਮਾਮਲਾ ਗਰਮ ਹੋ ਗਿਆ। ਨਾਨਕ ਸ਼ਾਹ ਫਕੀਰ ਫਿਲਮ ਰਿਲੀਜ਼ ਨੂੰ ਲੈ ਕੇ ਸਾਬਕਾ ਕੈਬਨਿਟ ਮੰਤਰੀ ਸੁਰਜੀਤ ਸਿੰਘ ਰੱਖੜਾ ਨੇ ਕਿਹਾ ਕਿ ਨਾਨਕ ਸ਼ਾਹ ਫਕੀਰ ਫਿਲਮ ਕਿਸੇ ਵੀ ਕੀਮਤ ਤੇ ਰਿਲੀਜ਼ ਨਹੀਂ ਹੋਣੀ ਚਾਹੀਦੀ। ਅਕਾਲ ਤਖ਼ਤ ਸਾਹਿਬ ਜਥੇਦਾਰ ਸਾਹਿਬ ਨੇ ਕਿਹਾ ਹੈ ਕਿ ਇਹ ਫਿਲਮ ਨਹੀਂ ਰਿਲੀਜ਼ ਹੋਣੀ ਚਾਹੀਦੀ, ਅਤੇ ਅਸੀਂ 100% ਅਕਾਲ ਤਖ਼ਤ ਸਾਹਿਬ ਦੇ ਨਾਲ, ਗੁਰਸਿੱਖੀ ਦੇ ਨਾਲ, ਉਹਨਾਂ ਦਾ ਕਿਹਾ ਸਾਡੇ ਲਈ ਤਾਂ ਹੁਕਮ ਹੈ। ਸੋ ਅਸੀਂ ਤਾਂ ਉਹ ਹੈ ਸਰਕਾਰਾਂ ਨੂੰ ਵੀ ਉਹ ਗੱਲ ਮੰਨਣੀ ਚਾਹੀਦੀ ਹੈ, ਜੋ ਧਰਮ ਦੀ ਗੱਲ ਹੋਵੇ ਉਹ ਧਰਮ ਦੇ ਉੱਤੇ ਚੱਲਣਾ ਚਾਹੀਦਾ ਹੈ। ਸ਼੍ਰੋਮਣੀ ਕਮੇਟੀ ਨੇ ਵੀ ਉਹਦੀ ਰਿਵੀਜ਼ਨ ਪਾਈ ਹੈ, ਇਹਦਾ ਮਤਲਬ ਪੂਰਾ ਪੰਥ ਇਸ ਫਿਲਮ ਦੇ ਹੱਕ 'ਚ ਨਹੀਂ ਗਾ, ਅਤੇ ਉਹਨੂੰ ਗੱਲ ਮੰਨਣੀ ਚਾਹੀਦੀ ਹੈ। ਮਾਨਯੋਗ ਸੁਪਰੀਮ ਕੋਰਟ ਵੱਲੋਂ ਫਿਲਮ ਨਾਨਕ ਸ਼ਾਹ ਫਕੀਰ ਨੂੰ ਹਰੀ ਝੰਡੀ ਦੇਣ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੁਪਰੀਮ ਕੋਰਟ ਵਿੱਚ ਇੱਕ ਪਟੀਸ਼ਨ ਦਾਇਰ ਕੀਤੀ ਸੀ, ਜਿਸ ਨੂੰ ਅੱਜ ਮਾਨਯੋਗ ਸੁਪਰੀਮ ਕੋਰਟ ਨੇ ਠੁਕਰਾ ਦਿੱਤਾ ਹੈ ਅਤੇ ਅਗਲੀ ਸੁਣਵਾਈ ਸੋਮਵਾਰ ਤੱਕ ਛੱਡ ਦਿੱਤੀ ਹੈ। ਸਿੱਖ ਸੰਗਤ ਵਿੱਚ ਇਸ ਫਿਲਮ ਨੂੰ ਲੈ ਕੇ ਭਾਰਾ ਰੋਸ ਨਜ਼ਰ ਆ ਰਿਹਾ, ਜਿਸ ਦੇ ਚੱਲਦਿਆਂ ਪਟਿਆਲਾ ਦੇ ਗੁਰਮਤਿ ਕਾਲਜ ਵਿੱਚ ਵਿਦਿਆਰਥੀਆਂ ਦੇ ਨਾਲ ਨਾਲ ਕਾਲਜ ਦੇ ਪ੍ਰਿੰਸੀਪਲ ਨੇ ਵੀ ਨਾਨਕ ਸ਼ਾਹ ਫਕੀਰ ਫਿਲਮ ਦਾ ਵਿਰੋਧ ਕੀਤਾ ਅਤੇ ਬੈਠ ਕੇ ਸੁਖਮਨੀ ਸਾਹਿਬ ਦੇ ਪਾਠ ਕੀਤੇ। ਹਾਂ, ਅਸੀਂ ਨਾਨਕ ਸ਼ਾਹ ਫਕੀਰ ਫਿਲਮ ਦੇ ਰਿਲੀਜ਼ ਦੇ ਰੋਸ ਵਿੱਚ ਅਸੀਂ ਅੱਜ ਇੱਥੇ ਇਕੱਠੇ ਹੋਏ ਹਾਂ ਅਤੇ ਅਸੀਂ ਇੱਥੇ ਰਲ ਕੇ ਸੁਖਮਨੀ ਸਾਹਿਬ ਦਾ ਪਾਠ ਕੀਤਾ ਸਾਰੇ ਸਮੂਹ ਗੁਰਮਤਿ ਕਾਲਜ ਪਰਿਵਾਰ ਨੇ, ਅਤੇ ਅਰਦਾਸ ਕੀਤੀ ਹੈ ਵਾਹਿਗੁਰੂ ਅੱਗੇ ਕਿ ਵਾਹਿਗੁਰੂ ਇਹਨਾਂ ਲੋਕਾਂ ਨੂੰ ਸਮਤ ਬਖਸ਼ੇ ਕਿ ਇਹੋ ਜਿਹੇ ਰਾਹ ਨਾ ਪੈਣ, ਕਿਉਂਕਿ ਇਹ ਇਹੋ ਜਿਹੀ ਫਿਲਮ ਅਤੇ ਇਹੋ ਜਿਹੀਆਂ ਚੀਜ਼ਾਂ ਸਿੱਖ ਸਿਧਾਂਤਾਂ ਤੋਂ ਬਿਲਕੁਲ ਉਲਟ ਨੇ। ਗੁਰਬਾਣੀ ਇਸ ਗੱਲ ਦੀ ਵਿਰੋਧਤਾ ਕਰਦੀ ਹੈ, ਗੁਰਬਾਣੀ ਬਿਲਕੁਲ ਸਾਫ਼ ਸਪੱਸ਼ਟ ਸ਼ਬਦਾਂ 'ਚ ਕਹਿੰਦੀ ਹੈ ਕਿ ਗੁਰੂ ਸਤਿਗੁਰ ਕੀ ਬਾਣੀ ਸੱਤ ਸਰੂਪ ਹੈ, ਗੁਰਬਾਣੀ ਬਣੀ ਹੈ ਸਤਿਗੁਰ ਕੀ ਰੀਸ ਹੈ, ਹੋਰ ਕੱਚ ਪਿੱਚ ਬੋਲਦੇ ਸੇ ਕੂੜਿਆਰ ਕੂੜੇ ਝੜ ਪੜੀ ਹੈ। ਸੋ ਇੱਥੇ ਸਾਫ਼ ਜ਼ਾਹਿਰ ਹੈ ਕਿ ਸਤਿਗੁਰਾਂ ਦੀ ਜਾਂ ਗੁਰੂ ਦੇ ਸਿੱਖਾਂ ਦੀ ਰੀਸ ਨਹੀਂ ਕੀਤੀ ਜਾ ਸਕਦੀ। ਚੌਥੇ ਪਾਤਸ਼ਾਹ ਦਾ ਵੀ ਫਰਮਾਨ ਹੈ, ਧੁਰ ਭਗਤ ਜਨਾਂ ਕੋ ਬਖਸ਼ਿਆ, ਹਰ ਅੰਮ੍ਰਿਤ ਭਗਤ ਭੰਡਾਰਾ, ਮੂਰਖ ਹੋਵੇ ਸੋਨ ਕੀ ਰੀਸ ਕਰੇ, ਤਿਸ ਹਲਤ ਪਲਤ ਮੋਹਕਾਰਾ। ਸੋ ਇਹ ਗੁਰਬਾਣੀ ਦੇ ਅਨੁਸਾਰ ਮੂਰਖਾਂ ਦਾ ਕੰਮ ਹੈ ਭਗਤ ਜਨਾਂ ਦੀ ਰੀਸ ਕਰਨੀ, ਉਹਨਾਂ ਦੇ ਰੋਲ ਕਰਨੇ, ਇਹ ਸਿੱਖੀ ਸਿਧਾਂਤਾਂ ਦੇ ਅਨੁਰੂਪ ਨਹੀਂ। ਸਿੱਖ ਜਿਹੜੇ ਹਨ ਬਾਣੀ ਪੂਜਕ ਹਨ, ਗੁਰਮੂਰਤ ਗੁਰ ਸ਼ਬਦ ਹੈ, ਭਾਈ ਗੁਰਦਾਸ ਜੀ ਦਾ ਵੀ ਫਰਮਾਨ ਹੈ, ਅਤੇ ਅਸੀਂ ਬਾਣੀ ਨੂੰ ਹੀ ਮੰਨਣਾ ਹੈ। ਜਿਵੇਂ ਕਿ ਗੁਰੂ ਨਾਨਕ ਪਾਤਸ਼ਾਹ ਦੀ ਪਹਿਲੀ ਪੰਕਤੀ ਜਿਹੜੀ ਮੈਂ ਬੋਲੀ ਸੀ ਉਹਦੇ ਵਿੱਚ ਵੀ ਉਹਨਾਂ ਨੇ ਗੁਰਬਾਣੀ ਬਣੀਆਂ ਦੀ ਗੱਲ ਕਹੀ ਹੈ ਕਿ ਨਾ ਕਿ ਉਹਨਾਂ ਦੀ ਰੀਸ ਕਰਨ ਦੀ। ਉਹਨਾਂ ਦੀ ਰੀਸ ਅਸੀਂ ਸਿਰਫ ਉਹਨਾਂ ਦੇ ਇਸ਼ਾਰਿਆਂ 'ਤੇ ਚੱਲ ਕੇ ਕਰ ਸਕਦੇ ਹਾਂ, ਇਹ ਰੀਸ ਕਰਨੀ ਸਾਨੂੰ ਸ਼ੋਭਾ ਨਹੀਂ ਦਿੰਦੀ।
बेशक होर धर्मों में भी यह रीस नहीं की जा रही, साढ़े धर्म भी यह रीस वर्जित है, फिर भी ये एक बहुत खतरनाक आरंभ होएगा जे इस फिल्म को रिलीज़ करता गया। ये कुछ अपने निजी फायदे वास्ते जे कुछ पंथक आगू जेडे मैं कहना विकी हुए साहब के वो सिक्खी सिद्धांतों ढा ला रहे हैं। पहला भी एक एनीमेशन फिल्म आई सी जी एक पौड़ी सी भी इस पास चल पे, पहला एनीमेशन फिल्म लैके आए हूँ बंदियां दी फिल्म लैके आ गए ने। जे इदां ही काम चलता रहा तो कल गुरु नानक पातशाह का कोई रूप धार के कोई ऐड दिंदा भी नज़र आएगा कि कोई किसी चीज़ की ऐड कर रहा है। इदां ही पहला फोटो लिया के सिख धर्म के आ गए जो एक सिख सिद्धांतों को बिल्कुल ढा लाई जा रही है, सिखा शब्द पूजक की थान पर एक मूर्ति पूजक विखाया जा रहा है। बेमौसमी बरसात ते तेज तूफानों ने वधाईयां किसानां दीयां परेशानियां, किसानों ने सरकार कोलों मुआवजे दी कीती मंग। विदेशां दी धरती ते भारत दी धी ने कीता भारत दा नां रोशन, हुशियारपुर दे पिंड दी बेटी बनी अमरीका विच जेल अधिकारी। नानक शाह फकीर फिल्म रिलीज़ नूं लैके साबका कैबिनेट मंत्री सुरजीत सिंह रखड़ा ने दिता अपना पक्ष, कहा नानक शाह फकीर फिल्म किसी कीमत ते नहीं होनी चाहीदी रिलीज़। श्रोमणी गुरुद्वारा प्रबंधक कमेटी ने सुप्रीम कोर्ट में एक पटीशन की सी, दायर पटीशन नु मान्योग सुप्रीम कोर्ट ने दिता ठुकरा। फिलहाल बुलेटिन विच नई नवीं ते ताज़ियां खबरां लेके फिर हाजिर होवांगे, अदों तक लई मैनूं रचना शर्मा नूं दिओ इजाज़त, धन्नवाद।